ਤੁਸੀਂ ਦੇਖ ਰਹੇ ਹੋ ਯੂਬਿਕ ਟੀਵੀ ਤੇ ਮੈਂ ਹਾਂ ਅਮਨਦੀਪ ਬਿਲਕੁਲ ਜੀ ਲੈ ਕੇ ਐਂਟਰਟੇਨਮੈਂਟ ਦਾ ਸੈਗਮੈਂਟ ਹਾਜ਼ਰ ਹਾਂ ਤੇ ਅੱਜ ਦੀ ਐਂਟਰਟੇਨਮੈਂਟ ਦੀਆਂ ਖਬਰਾਂ ਹੋਣਗੀਆਂ ਖਾਸ ਕਿਉਂਕਿ ਸਲਮਾਨ ਖਾਨ ਦੀ 17 ਸਾਲਾਂ ਦੀ ਧੀ ਦੁਬਈ ਦੇ ਵਿੱਚ ਹੈ ਤੇ ਉਹਨਾਂ ਦੀ ਪਤਨੀ ਵੀ ਹੈ ਜੀ ਹਾਂ ਇਸੇ ਦੇ ਨਾਲ ਰਾਜ ਕੁੰਦਰਾ ਨੇ ਪਹਿਲਾਂ ਹੀ ਪਲਾਨ ਵੀ ਪਲਾਨ ਕਰ ਲਿਆ ਸੀ ਤੇ ਹੋਰ ਵੀ ਕੀ ਖਾਸ ਹੈ ਕਿਉਂਕਿ ਬਿਗ ਬਾਸ ਦਾ ਨਾਮ ਸੁਣਦੇ ਸਲਮਾਨ ਲਿਟਲ ਲੱਗੇ ਤੇ ਹੱਸਣ ਲੱਗੇ ਯਾਨੀ ਕਿ ਕੀ ਕੁਝ ਹੋ ਰਿਹਾ ਬਾਲੀਵੁੱਡ ਪਾਲੀਵੁੱਡ ਦੇ ਵਿੱਚ ਦੱਸਾਂਗੇ ਤਾਂ ਫਿਰ ਆਓ ਚੱਲਦੇ ਹਾਂ बिजनेसमैन ਅਤੇ ਸ਼ਿਲਪਾ ਸ਼ੈਟੀ ਕੁੰਦਰਾ ਦੇ ਪਤੀ ਰਾਜ ਕੁੰਦਰਾ ਦੇ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਹੇ ਜੀ ਹਾਂ ਦੱਸ ਦਈਏ ਕਿ ਹੁਣ ਐਕਟ੍ਰੈਸ ਤੇ ਮਾਡਲ ਪੂਨਮ ਪਾਂਡੇ ਨੇ ਦਾਅਵਾ ਕੀਤਾ ਹੈ ਕਿ ਬਿਜ਼ਨਸਮੈਨ ਅਤੇ ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈਟੀ ਕੁੰਦਰਾ ਦੇ ਪਤੀ ਰਾਜ ਕੁੰਦਰਾ ਨੇ 2019 ਦੇ ਵਿੱਚ ਇੱਕ ਕੰਟਰੈਕਟ ਤੇ ਛੋਟੇ ਜਿਹੇ ਵਿਵਾਦ ਦੇ ਕਾਰਨ ਉਹਨਾਂ ਦਾ ਨੰਬਰ ਲੀਕ ਕਰ ਦਿੱਤਾ ਇੱਥੇ ਦੱਸ ਦਈਏ ਕਿ ਅਸ਼ਲੀਲ ਕੰਟੈਂਟ ਸ਼ੂਟ ਕਰਨ ਅਤੇ ਉਸਨੂੰ ਦਿਖਾਉਣ ਦੇ ਆਰੋਪ ਦੇ ਵਿੱਚ ਮੁੰਬਈ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਰਾਜ ਕੁੰਦਰਾ ਨੂੰ 23 ਜੁਲਾਈ ਤੱਕ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਇੱਥੇ ਦੱਸ ਦਈਏ ਪੂਨਮ ਨੇ ਇਹ ਵੀ ਸਾਫ਼ ਕਰ ਦਿੱਤਾ ਆਪਣੇ ਬਿਆਨ ਦੇ ਵਿੱਚ ਕਿ ਉਹਨਾਂ ਦੀ ਅਸਹਿਮਤੀ ਦੇ ਬਾਅਦ ਵੀ ਰਾਜ ਕੁੰਦਰਾ ਨੇ ਉਹਨਾਂ ਦਾ ਨੰਬਰ ਅਤੇ ਕੁਝ ਤਸਵੀਰਾਂ ਲੀਕ ਕਰ ਦਿੱਤੀਆਂ ਜਿਸ ਦੇ ਬਾਅਦ ਉਹਨਾਂ ਨੂੰ ਕਾਫ਼ੀ ਸਾਰੇ ਕਾਲਜ ਆਏ ਜੋ ਕਾਫ਼ੀ ਅਪਮਾਨਜਨਕ ਸੀ ਇਸੇ ਦੇ ਨਾਲ ਪੂਨਮ ਪਾਂਡੇ ਨੇ ਕਿਹਾ ਕਿ ਜਦ ਮੈਂ ਕੰਟਰੈਕਟ ਤੇ ਸਾਈਨ ਕਰਨ ਦੇ ਲਈ ਮਨਾ ਕਰ ਦਿੱਤਾ ਤਾਂ ਉਸਨੇ ਮੇਰਾ ਫੋਨ ਨੰਬਰ ਇੱਕ ਕੈਪਸ਼ਨ ਦੇ ਨਾਲ ਲਿਖ ਕਰ ਦਿੱਤਾ ਜਿਸ ਦੇ ਵਿੱਚ ਲਿਖਿਆ ਸੀ ਕਾਲ ਮੀ ਨਾਓ ਆਈ ਵਿਲ ਸਟ੍ਰਿਪ ਫੋਰ ਯੂ ਯਾਨੀ ਕਿ ਮੈਨੂੰ ਕਾਲ ਕਰੋ ਅਤੇ ਮੈਂ ਤੁਹਾਡੇ ਲਈ ਆਪਣੇ ਕੱਪੜੇ ਉਤਾਰ ਦੂੰਗੀ ਉਹਨਾਂ ਨੇ ਅੱਗੇ ਕਿਹਾ ਕਿ ਮੇਰੇ ਪਰਸਨਲ ਨੰਬਰ ਦੇ ਨਾਲ ਇਹ ਮੈਸੇਜ ਜਾਰੀ ਕਰ ਦਿੱਤਾ ਗਿਆ ਅਤੇ ਫੈਲਾ ਦਿੱਤਾ ਉਹਨਾਂ ਨੇ ਕਿਹਾ ਮੈਨੂੰ ਅੱਜ ਵੀ ਯਾਦ ਹੈ ਕਿ ਇਸ ਦੇ ਬਾਅਦ ਉਹਨਾਂ ਦੇ ਫੋਨ ਦੀ ਘੰਟੀ ਲਗਾਤਾਰ ਵੱਜਦੀ ਰਹੀ ਅਤੇ ਪੂਰੀ ਦੁਨੀਆ ਤੋਂ ਉਸਨੂੰ ਫੋਨ ਆਏ ਜਿਸ ਤੋਂ ਬਾਅਦ ਧਮਕੀ ਭਰੇ ਮੈਸੇਜ ਵੀ ਉਹਨਾਂ ਨੂੰ ਪਹੁੰਚੇ ਇਸੇ ਦੇ ਨਾਲ ਦੱਸਦੀ ਪੂਨਮ ਨੇ ਅੱਗੇ ਕਿਹਾ ਕਿ ਮੈਂ ਆਪਣੇ ਘਰ ਦੇ ਵਿੱਚ ਨਹੀਂ ਸੀ ਮੈਂ ਆਪਣੇ ਘਰ ਤੋਂ ਨਿਕਲ ਗਈ ਅਤੇ ਛੁਪ ਕੇ ਰਹਿਣ ਲੱਗੀ ਉਹਨਾਂ ਨੇ ਕਿਹਾ ਕਿ ਮੈਨੂੰ ਯਾਦ ਹੈ ਮੈਂ ਕੁਝ ਸਮਾਂ ਕਿਤੇ ਹੋਰ ਬਿਤਾਇਆ ਅਤੇ ਕੁਝ ਸਮਾਂ ਕਿਤੇ ਹੋਰ ਇਸੇ ਦੇ ਨਾਲ ਉਹਨਾਂ ਨੇ ਕਿਹਾ ਕਿ ਮੈਂ ਬਸ ਇਸ ਡਰ ਦੇ ਵਿੱਚ ਸੀ ਕਿ ਮੇਰੇ ਨਾਲ ਕੁਝ ਹੋ ਜਾਵੇਗਾ ਉਹਨਾਂ ਨੇ ਅੱਗੇ ਕਿਹਾ ਕਿ ਮੈਨੂੰ ਇਸ ਤਰ੍ਹਾਂ ਦੇ ਮੈਸੇਜ ਆਉਂਦੇ ਸੀ ਕਿ ਮੈਨੂੰ ਪਤਾ ਤੁਸੀਂ ਕਿੱਥੇ ਹੋ ਅਤੇ ਮੈਂ ਉਸ ਵਕਤ ਥੋੜ੍ਹੀ ਡਰੀ ਹੋਈ ਸੀ ਪੂਨਮ ਨੇ ਅੱਗੇ ਕਿਹਾ ਕਿ ਮੇਰੇ ਵਕੀਲਾਂ ਦੇ ਮਨਾ ਕਰਨ ਦੇ ਬਾਵਜੂਦ ਵੀ ਮੈਂ ਸਟੇਟਮੈਂਟ ਦੇ ਰਹੀ ਹਾਂ ਕਿ ਅਗਰ ਰਾਜ ਕੁੰਦਰਾ ਮੇਰੇ ਨਾਲ ਇੱਦਾਂ ਕਰ ਸਕਦਾ ਪੂਨਮ ਨੇ ਕਿਹਾ ਕਿ ਮੇਰੇ ਵਕੀਲਾਂ ਦੇ ਮਨਾ ਕਰਨ ਦੇ ਬਾਵਜੂਦ ਮੈਂ ਇਹ ਸਟੇਟਮੈਂਟ ਦੇ ਰਹੀ ਹਾਂ ਕਿ ਅਗਰ ਰਾਜ ਕੁੰਦਰਾ ਮੇਰੇ ਨਾਲ ਇੱਦਾਂ ਕਰ ਸਕਦਾ ਮੈਂ ਤਾਂ ਫਿਰ ਇੱਕ ਜਾਣੀ ਪਹਿਚਾਣੀ ਹਸਤੀ ਹਾਂ ਤਾਂ ਫਿਰ ਹੋਰਾਂ ਦੇ ਨਾਲ ਕੀ ਕਰ ਰਿਹਾ ਹੋਵੇਗਾ ਇਸੇ ਦੇ ਨਾਲ ਉਹਨਾਂ ਨੇ ਕਿਹਾ ਕਿ ਇਸਦਾ ਫੁੱਲ ਸਟੋਪ ਕਿੱਥੇ ਹੈ ਇਹ ਜੱਜ ਕਰਨਾ ਮੁਮਕਿਨ ਨਹੀਂ ਇਸੇ ਦੇ ਨਾਲ ਉਹਨਾਂ ਕਿਹਾ ਕਿ ਮੈਂ ਸਾਰਿਆਂ ਨੂੰ ਰਿਕੁਐਸਟ ਕਰਦੀ ਹਾਂ ਕਿ ਉਹ ਸਾਰੀਆਂ ਲੜਕੀਆਂ ਬਾਹਰ ਆਉਣ ਜਿਨ੍ਹਾਂ ਦੇ ਨਾਲ ਕਦੀ ਵੀ ਇੱਦਾਂ ਦਾ ਕੁਛ ਹੋਇਆ ਇਸ ਤੋਂ ਬਾਅਦ ਰਾਜ ਕੁੰਦਰਾ ਦੇ ਵਿਵਾਦ ਅਤੇ ਰਾਜ ਕੁੰਦਰਾ ਦੇ ਟ੍ਰੋਲ ਅਤੇ ਮੀਮ ਰੁਕਣ ਦਾ ਨਾਮ ਨਹੀਂ ਲੈ ਰਹੇ ਹਰ ਪਾਸੇ ਚਰਚਾ ਦਾ ਵਿਸ਼ਾ ਬਣੇ ਹੋਏ ਕਿਊਟ ਜਿਹਾ ਕਪਲ ਨੇਹਾ ਤੇ ਰੋਹਨ ਜੀ ਹਾਂ ਬਾਲੀਵੁੱਡ ਸਿੰਗਰ ਨੇਹਾ ਕੱਕੜ ਨੂੰ ਹਾਲੀ ਦੇ ਵਿੱਚ ਉਹਨਾਂ ਦੇ ਪਤੀ ਰੋਹਨਪ੍ਰੀਤ ਸਿੰਘ ਦੇ ਨਾਲ ਮੁੰਬਈ ਦੇ ਪਾਂਦਰਾ ਦੇ ਵਿੱਚ ਸਪੌਟ ਕੀਤਾ ਗਿਆ ਜੀ ਹਾਂ ਦੱਸਦੀ ਕਿ ਬਹੁਤ ਹੀ ਕਿਊਟ ਜਿਹਾ ਕਪਲ ਹੈ ਜੋ ਹਰ ਵੇਲੇ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਅਤੇ ਹਰ ਕਿਸੇ ਦੀਆਂ ਨਿਗਾਹਾਂ ਨੇਹਾ ਤੇ ਰੋਹਨ ਦੇ ਰਹਿੰਦੀਆਂ ਨੇ ਦੱਸਦੀਏ ਕਿ ਨੇਹਾ ਰੋਹਨ ਦੇ ਨਾਲ ਸ਼ਾਪਿੰਗ ਕਰਨ ਦੇ ਲਈ ਆਈ ਸੀ ਜਦ ਉਹਨਾਂ ਦੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਨੇਹਾ ਇੱਥੇ ਆਪਣੇ ਪਤੀ ਦਾ ਹੱਥ ਫੜਦੇ ਹੋਏ ਘੁੰਮਦੀ ਹੋਈ ਦਿਖਾਈ ਦੇ ਰਹੀ ਸੀ ਨੇਹਾ ਨੇ ਬਲੈਕ ਕਲਰ ਦੀ ਲੂਜ਼ ਟੀ ਸ਼ਰਟ ਪਹਿਨੀ ਸੀ ਅਤੇ ਟਰਾਊਜ਼ਰ ਪਹਿਨਿਆ ਸੀ ਜਿਸ ਨੂੰ ਦੇਖਣ ਤੋਂ ਬਾਅਦ ਇੱਦਾਂ ਲੱਗ ਰਿਹਾ ਸੀ ਕਿ ਸ਼ਾਇਦ ਕੋਈ ਗੁੱਡ ਨਿਊਜ਼ ਆਉਣ ਵਾਲੀ ਹੈ ਜੀ ਹਾਂ ਨੇਹਾ ਨੂੰ ਮੁੰਬਈ ਦੇ ਬਾਂਦਰਾ ਦੇ ਵਿੱਚ ਇੱਕ ਸ਼ੋਪ ਦੇ ਸਾਹਮਣੇ ਦੇਖਿਆ ਗਿਆ ਇਸ ਦੌਰਾਨ ਉਹ ਬੇਹੱਦ ਖੁਸ਼ ਨਜ਼ਰ ਆ ਰਹੀ ਸੀ ਇੱਕ ਦੂਸਰੇ ਦਾ ਹੱਥ ਥਾਮੇ ਇਹ ਜੋੜੀ ਬਹੁਤ ਹੀ ਜ਼ਿਆਦਾ ਕਿਊਟ ਲੱਗ ਰਹੀ ਸੀ ਉਹਨਾਂ ਦੀ ਕੈਮਿਸਟਰੀ ਸੋਸ਼ਲ ਮੀਡੀਆ 'ਤੇ ਲਗਾਤਾਰ ਦੱਸ ਦਈਏ ਕਿ ਨੇਹਾ ਨੂੰ ਮੁੰਬਈ ਦੇ ਬਾਂਦਰਾ ਦੇ ਵਿੱਚ ਇੱਕ ਸ਼ੋਪ ਦੇ ਸਾਹਮਣੇ ਦੇਖਿਆ ਗਿਆ ਇਸ ਦੌਰਾਨ ਜਿਵੇਂ ਕਿ ਦੱਸਿਆ ਕਿ ਬੇਹੱਦ ਖੁਸ਼ ਨਜ਼ਰ ਆ ਰਹੀ ਸੀ ਅਤੇ ਇੱਕ ਦੂਜੇ ਦਾ ਹੱਥ ਥਾਮਿਆ ਹੋਇਆ ਸੀ ਦੱਸ ਦਈਏ ਸੋਸ਼ਲ ਮੀਡੀਆ 'ਤੇ ਵੀ ਉਹਨਾਂ ਦੀਆਂ ਤਸਵੀਰਾਂ ਜੋ ਉਹਨੇ ਬਹੁਤ ਪਸੰਦ ਕੀਤੀਆਂ ਜਾ ਰਹੀਆਂ ਨੇ ਔਰ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਅਤੇ ਦੱਸ ਦਈਏ ਉਹਨਾਂ ਦੀਆਂ ਇਹ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਸਵਾਲ ਪੁੱਛੇ ਜਾ ਰਹੇ ਨੇ ਜੀ ਹਾਂ ਉਹਨਾਂ ਦੇ ਫੈਨਸ ਪੁੱਛ ਰਹੇ ਨੇ ਕਿ ਕੀ ਨੇਹਾ ਪ੍ਰੈਗਨੈਂਟ ਹੈ ਇੱਥੇ ਦੱਸ ਦਈਏ ਕਿ ਨੇਹਾ ਕੁਝ ਦਿਨ ਪਹਿਲਾਂ ਹੀ ਛੁੱਟੀ ਦੇ ਬਾਅਦ ਵਾਪਸ ਮੁੰਬਈ ਪਰਤੀ ਹੈ ਇਸ ਦੌਰਾਨ ਉਹਨਾਂ ਨੂੰ ਮੁੰਬਈ ਏਅਰਪੋਰਟ 'ਤੇ ਰੋਹਨਪ੍ਰੀਤ ਦੇ ਨਾਲ ਦੇਖਿਆ ਗਿਆ ਸੀ ਨੇਹਾ ਨੇ ਉਸ ਸਮੇਂ ਵੀ ਲੂਜ਼ ਟੀ ਸ਼ਰਟ ਪਹਿਨੀ ਸੀ ਅਤੇ ਦੱਸ ਦਈਏ ਕਿ ਨੇਹਾ ਕੁਝ ਦਿਨਾਂ ਤੋਂ ਇੰਡੀਅਨ ਆਈਡਲ ਸ਼ੋਅ ਦੇ ਵਿੱਚ ਵੀ ਦਿਖਾਈ ਨਹੀਂ ਦੇ ਰਹੀ ਅਤੇ ਬਸ ਉਦੋਂ ਤੋਂ ਉਹਨਾਂ ਦੀ ਪ੍ਰੈਗਨੈਂਸੀ 'ਤੇ ਸਵਾਲ ਕੀਤੇ ਜਾ ਰਹੇ ਨੇ ਨੇਹਾ ਦੇ ਬਾਰੇ ਗੱਲ ਕਰੀਏ ਤਾਂ ਇੰਡੀਅਨ ਆਈਡਲ ਸ਼ੋਅ ਦੇ ਵਿੱਚ ਜੱਜ ਕਰਦੀ ਹੋਈ ਦਿਖਾਈ ਦਿੰਦੀ ਹੈ ਫਿਲਹਾਲ ਕੰਮ ਤੋਂ ਛੁੱਟੀ ਲੈ ਰੱਖੀ ਹੈ ਦੱਸ ਦਈਏ ਕਿ ਪੈਪਰਾਜ਼ੀ ਦੀ ਆਵਾਜ਼ ਸੁਣਦੇ ਹੀ ਨੇਹਾ ਨੇ ਰਿਸਪੌਂਸ ਕੀਤਾ ਅਤੇ ਥੰਬਸ ਅਪ ਦਿਖਾਈ ਦਿੱਤਾ
बिग बॉस देखने वाले के लिए बेहद खास खबर सामने आई है। जी हाँ, बॉलीवुड के मशहूर अदाकार सलमान खान ने बिग बॉस के 15वें सीजन की घोषणा कर दी है। जी हाँ, शो बिग बॉस OTT से शुरू हो रहा है। बिग बॉस OTT ने 8 अगस्त तो दसिया जा रहा है कि शुरू हो रहा है। तो दसिए बिग बॉस के 15वें सीजन बारे दर्शकों विचाले काफ़ी एक्साइटमेंट है। इसी दस दी कि शो के कंटेस्टेंट्स के भी नाम चुने सामने आने शुरू हो गए हैं। मशहूर हस्तियों के नाल संपर्क दियां खबरां भी सामने आ रही ने। हालांकि अजे कुछ फाइनल नहीं होया, बट फिलहाल बिग बॉस OTT विच ट्विस्ट है कि शो की मेजबानी सलमान खान नहीं करेंगे। जी हाँ, सलमान दर्शकों नाल TV ते सीधी मुलाकात ही करेंगे, जिसका ऐलान उन्होंने अपने पहले प्रोमो दे विच कीता। प्रोमो दे विच सलमान खान उच्ची आवाज दे विच हंसते हुए नजर आ रहे हैं। हंसते हुए अते टिकते हुए कहते हैं कि इस बार बिग बॉस इन्ना क्रेजी सी, इन्ना ओवर द टॉप कि ये TV ते भी बैन हो जाएगा। जी हाँ, सलमान अगे कहते हैं कि मैं TV ते होस्ट करांगा बूट विच सूट विच, ता जो इस तो पहला तुसी देखो वूट ते, ता मैं मिलांगा तुहानू TV ते। शो देखण दे लई तुहाडे कोल वूट ऐप होनी चाहिए है। की तुसी जानना चाहोगे कि शो किथे वेख्या जा सकदा है? बिग बॉस OTT वूट ऐप ते स्ट्रीम कीती जाएगी, जिथे तुसी इस नूं देख सकते हो। बिग बॉस दे पिछले सीजन वूट ते स्ट्रीम कीते गए, पर यह पहला मौका होगा जो शो ही सीधा वूट ते स्ट्रीम हो रहा है। प्रोमो च दसाया गया कि शो वूट ते TV ते आउण तों 6 हफ्ते पहला आ रहा है। इस दी घोषणा दे अनुसार पाप TV तो बिग बॉस 15 अक्टूबर के आखिरी हफ्ते में शुरू हो जाएगा। तो बिग बॉस देखने वाले के लिए बेहद खुशखबरी है कि वो बिग बॉस TV पर आने से पहले यानी कि 6 हफ्ते पहला देख सकते हैं, वो भी वूट ऐप पे। जेकर इस दे प्रोमो की गल करिए तो प्रोमो तो बाकमाल, एंड सलमान के फैनस देख के उसमें हो गए ने बाकमाल खुश, क्योंकि सलमान को हंसदा देख के उन्होंने चेहरे पर भी आ जाती है प्यारी जी मुस्कुराहट। तो फिर देखना तो बनता है कि इस बार बिग बॉस के विच की होगा खास, क्योंकि सलमान खान ने कर दिता ऐलान कि यह होगा सब तो अलग। तो देखते हैं फिर की होंगे इस विच खास। बॉलीवुड के बाबा यानी कि संजय दत्त ते संजय दत्त की पत्नी मान्यता दत्त आज अपना 52वां जन्मदिन मना रही है। तो उन्होंने जन्म मुंबई के विच हुआ सी। इस दे अलावा वो कुछ समय दुबई के विच भी रही और बॉलीवुड के प्रति काफ़ी अट्रैक्टिव भी ने। तो उन्होंने असली नाम दिल नवाज शेख है। बॉलीवुड के विच काम करने के लिए उन्होंने बड़ा संघर्ष किया। उन्होंने फिल्मों के विच आइटम नंबर भी किए। संजय दत्त के ब्याह तो पहला वो कई तरह के विवादों के विच भी पै चुकी है। दसिए संजय दत्त के ब्याह तो बाद भी परिवार ने उन्होंने स्वीकार नहीं किया। हालांकि वक्त के नाल संजय दत्त की पत्नी मान्यता को सब ने अपना लिया। मान्यता दत्त ने संजय दत्त का कभी भी साथ नहीं छड्या। संजय दत्त जब 2013 जेल गए तो भी मान्यता दत्त ने उन्हों का साथ नहीं छड्या और उन्होंने दो बच्चों का पालन पोषण किया। 3.5 साल तक वो बच्चों के नाल इकली रही और बच्चों का इकले पालन पोषण किया। मान्य दत्त का बॉलीवुड का नाम सारा खान सी। वो लवर्स लाइक अस नामक एक सी ग्रेट मूवी के भी नज़र आ चुकी है। इस तो अलावा उन्होंने प्रकाश झा की फिल्म के गंगा जल के एक आइटम नंबर भी किया। संजय दत्त की मुलाकात मान्य दत्त के नाल जदों हुई तो वो दोनों काफ़ी करीब आ गए। अक्सर संजय दत्त के नाल मान्यता दत्त नजर आने लगी। वो एक दूजे के नाल बुरे दौर के हमेशा साथ देंगे। इतने दस दिए कि दिलनवाज शेख ने हिंदू रीति रिवाजों के नाल विआह करवाया और मान्यता दत्त बन गई। हालांकि इस विआह से संजय दत्त के परिवार वाले नहीं आए, पर इसे दस दिए कि यह संजय दत्त का तीसरा विआह है। इसे मान्यता दत्त भी एक बार पहला विआह करवा चुकी है। मान्या दत्त की संजय दत्त के नाल विआह तो बाद एक शख्स भी सामने आया सी। मान्या दत्त का संजय दत्त के नाल विआह होने तो बाद एक व्यक्ति ने दावा किया सी कि वह उसके असली पति ने अते उन्हां दा 2.5 साल का एक बच्चा भी है। अते मान्या दत्त ने उन्हां नूं तलाक नहीं दिता, पर कोर्ट ने मान्या दत्त के हक के विच फैसला सुनाया सी। अज मान्या दत्त अपना जन्मदिन मना रही है अते संजय दत्त ने अपने सोशल मीडिया से मान्या दत्त दी तस्वीरां भी साझा कीतियां ने। बॉलीवुड के दबंग खान यानी कि सलमान खान हर बार चर्चा के विच रहिंदे ने, चाहे उन्होंने सवाल हुण ब्याह नूं लैके ते ब्याह तो कतराउंदे होए भी नजर आउंदे ने। ते इत्थे दस्सीए कि इदां दी खबर सामने आई है जो चर्चा का विशा बन गई है। दस्सीए कि सलमान खान की पत्नी अते 17 साल की बेटी है जो दुबई के विच रहिंदी है। ये खुलासा असी नहीं कर रहे या फिर असी इस ते चर्चा नहीं कर रहे।
ਇਹ ਯੂਜ਼ਰ ਨੇ ਦਾਅਵਾ ਕੀਤਾ ਹੈ। ਜੀ ਹਾਂ, ਦੱਸ ਦਈਏ ਕਿ ਸਲਮਾਨ ਖਾਨ ਨੇ ਅਰਬਾਜ਼ ਖਾਨ ਦੇ ਟਾਕ ਸ਼ੋਅ ਪਿੰਚ ਤੇ ਆਪਣੀ ਪ੍ਰਤੀਕਿਰਿਆ ਵੀ ਇਸਤੇ ਦਿੱਤੀ ਹੈ। ਤੇ ਅਰਬਾਜ਼ ਖਾਨ ਦਾ ਟਾਕ ਸ਼ੋਅ ਜੋ ਕਿ ਕੱਲ ਯਾਨੀ ਕਿ 21 ਜੁਲਾਈ ਤੋਂ ਸ਼ੁਰੂ ਹੋ ਗਿਆ ਤੇ ਸਲਮਾਨ ਇਸ ਸੀਜ਼ਨ ਦੇ ਪਹਿਲੇ ਗੈਸਟ ਬਣੇ। ਸਲਮਾਨ ਨੇ ਇਸ ਸ਼ੋਅ ਦੇ ਵਿੱਚ ਸਾਰੇ ਟ੍ਰੋਲਸ ਨੂੰ ਜਵਾਬ ਦਿੱਤਾ, ਯਾਨੀ ਕਿ ਚਾਹੇ ਉਹਨਾਂ ਦੇ ਵਿਆਹ ਨੂੰ ਲੈ ਕੇ ਹੋਵੇ, ਚਾਹੇ ਉਹਨਾਂ ਦੀ ਫਿਲਮਾਂ ਨੂੰ ਲੈ ਕੇ ਹੋਵੇ, ਚਾਹੇ ਲਾਈਫ ਸਟਾਈਲ ਨੂੰ ਲੈ ਕੇ ਹੋਵੇ, ਚਾਹੇ ਉਮਰ ਨੂੰ ਲੈ ਕੇ ਹੋਵੇ। ਤੇ ਇਸੇ ਦੌਰਾਨ ਅਰਬਾਜ਼ ਖਾਨ ਨੇ ਇੱਕ ਟਵੀਟ ਪੜਿਆ ਸੀ ਜਿਸ ਦੇ ਵਿੱਚ ਇੱਕ ਯੂਜ਼ਰ ਨੇ ਦਾਅਵਾ ਕੀਤਾ ਸੀ ਕਿ ਸਲਮਾਨ ਖਾਨ ਕੋਲ ਦੁਬਈ ਦੇ ਵਿੱਚ ਇੱਕ ਘਰ ਹੈ, ਪਤਨੀ ਹੈ ਅਤੇ 17 ਸਾਲਾਂ ਦੀ ਬੇਟੀ ਵੀ ਹੈ। ਦੱਸ ਦਈਏ ਕਿ ਸਲਮਾਨ ਨੇ ਇਸ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਹਨਾਂ ਲੋਕਾਂ ਨੂੰ ਕੁਝ ਜ਼ਿਆਦਾ ਹੀ ਜਾਣਕਾਰੀ ਹੁੰਦੀ ਹੈ, ਯਾਨੀ ਕਿ ਜ਼ਰੂਰਤ ਤੋਂ ਜ਼ਿਆਦਾ ਜਾਣਕਾਰੀ ਹੁੰਦੀ ਹੈ ਅਤੇ ਇਹ ਬੇਫਜ਼ੂਲ ਗੱਲਾਂ ਨੇ, ਮੈਨੂੰ ਨਹੀਂ ਪਤਾ ਇਹ ਕਿਹਦੇ ਬਾਰੇ ਗੱਲ ਕਰ ਰਹੇ ਨੇ। ਜੀ ਹਾਂ, ਦੱਸ ਦਈਏ ਕਿ ਉਹਨਾਂ ਨੇ ਅੱਗੇ ਕਿਹਾ ਕਿ ਉਹਨਾਂ ਨੂੰ ਲੱਗਦਾ ਕਿ ਮੈਂ ਉਹਨਾਂ ਦਾ ਜਵਾਬ ਦਊਂਗਾ ਅਤੇ ਕਹੂੰਗਾ ਮੇਰੀ ਕੋਈ ਪਤਨੀ ਨਹੀਂ ਹੈ, ਮੈਂ ਹਿੰਦੁਸਤਾਨ ਦੇ ਵਿੱਚ ਰਹਿੰਦਾ ਅਤੇ ਇੱਦਾਂ ਦੀ ਗੱਲ ਹੈ ਜੋ ਭਾਰਤ ਦੇ ਸਾਰੇ ਲੋਕਾਂ ਨੂੰ ਪਤਾ ਹੈ। ਜੀ ਹਾਂ, ਦੱਸ ਦਈਏ ਕਿ ਇਸੇ ਸ਼ੋਅ ਦੇ ਵਿੱਚ ਸਲਮਾਨ ਖਾਨ ਤੋਂ ਵੀ ਪੁੱਛਿਆ ਗਿਆ ਕਿ ਭਾਰਤ ਦੇ ਵਿੱਚ ਅੱਜ ਕੱਲ੍ਹ ਸਾਰੇ ਸੈਲੀਬ੍ਰਿਟੀਜ਼ ਅਤੇ ਚੁੱਪੀ 'ਤੇ ਵੀ ਸਵਾਲ ਉਠਾਏ ਜਾਂਦੇ ਨੇ, ਇਸ 'ਤੇ ਉਹ ਕੀ ਸੋਚਦੇ ਨੇ। ਸਲਮਾਨ ਖਾਨ ਨੇ ਇਸਦਾ ਵੀ ਜਵਾਬ ਦਿੱਤਾ। ਉਹਨਾਂ ਨੇ ਕਿਹਾ ਕਿ ਸਾਡੇ ਇਰਾਦੇ 'ਤੇ ਨਿਰਭਰ ਕਰਦਾ ਹੈ, ਹਰ ਸਮੱਸਿਆ ਦੇ ਦੋ ਪਹਿਲੂ ਹੁੰਦੇ ਨੇ, ਇੱਕ ਦਾ ਜਿਸ 'ਤੇ ਅਸੀਂ ਵਿਰੋਧ ਕਰ ਸਕਦੇ ਹਾਂ, ਇੱਕ ਜਿਸ ਦਾ ਅਸੀਂ ਸਮਰਥਨ ਕਰਦੇ ਹਾਂ। ਅਤੇ ਅੱਗੇ ਉਹਨਾਂ ਨੇ ਕਿਹਾ ਕਿ ਜੇਕਰ ਉਹ ਕਿਸੇ ਦੇ ਵਿਰੋਧ ਦੇ ਵਿੱਚ ਬੋਲਦੇ ਨੇ ਤਾਂ ਸਮਰਥਨ ਕਰਨ ਵਾਲੇ ਉਹਨਾਂ ਦੇ ਪਿੱਛੇ ਪੈ ਜਾਂਦੇ ਨੇ। ਅੱਛਾ, ਇਹ ਹੈ ਕਿ ਸਭ ਤੋਂ ਦੂਰੀ ਬਣਾਈ ਰੱਖੋ ਜਦ ਤੱਕ ਬਹੁਤ ਜ਼ਰੂਰੀ ਨਾ ਹੋਵੇ। ਜੀ ਹਾਂ, ਸਲਮਾਨ ਖਾਨ ਆਪਣੇ ਚਟਪਟੇ ਜਵਾਬਾਂ ਦੇ ਨਾਲ ਚਰਚਾ ਦਾ ਵਿਸ਼ਾ ਬਣ ਗਏ ਨੇ। ਦੱਸ ਦਈਏ ਕਿ ਸਲਮਾਨ ਖਾਨ ਦੀ ਟਾਈਗਰ 3 ਮੂਵੀ ਆਉਣ ਵਾਲੀ ਹੈ ਜੋ ਕਿ ਉਹ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਔਰ ਉਹਨਾਂ ਦੀਆਂ ਜਿਮ ਦੀਆਂ ਲੁੱਕਸ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ, ਜਿੱਥੇ ਉਹ ਪਸੀਨੋ ਪਸੀਨੀ ਹੁੰਦੇ ਹੋਏ ਵੀ ਦਿਖਾਈ ਦੇ ਰਹੇ ਨੇ। ਜੀ ਹਾਂ, ਅਤੇ ਸਲਮਾਨ ਖਾਨ ਦੇ ਇਸ ਜਵਾਬ ਤੋਂ ਬਾਅਦ ਮੈਨੂੰ ਲੱਗਦਾ ਕਿ ਟ੍ਰੋਲਰ ਜਾਂ ਮੁੱਦਾ ਬੰਦ ਹੋ ਗਿਆ ਹੋਣਾ, ਕਿਉਂਕਿ ਉਹਨਾਂ ਨੇ ਸਿੱਧਾ ਹੀ ਦਾਅਵਾ ਕਰ ਦਿੱਤਾ ਕਿ 17 ਸਾਲਾਂ ਬੇਟੀ ਅਤੇ ਇੱਕ ਬੀਵੀ ਹੈ, ਜੋ ਕਿ ਸਲਮਾਨ ਖਾਨ ਨੂੰ ਖੁਦ ਹੀ ਨਹੀਂ ਪਤਾ ਕਿ ਦੁਬਈ ਦੇ ਵਿੱਚ ਉਹਨਾਂ ਦੀ ਇੱਕ ਬੀਵੀ ਅਤੇ ਉਹਨਾਂ ਦੀ ਇੱਕ ਬੱਚੀ ਵੀ ਹੈ। ਅਤੇ ਦੇਖਣਾ ਇਹ ਬਣਦਾ ਹੈ ਕਿ ਹੁਣ ਟ੍ਰੋਲਰਸ ਜਾਂ ਫਿਰ ਹੁਣ ਅੱਗੇ ਕੀ ਜਵਾਬ ਉਹਨਾਂ ਨੂੰ ਮਿਲਦਾ। ਅਨਿਲ ਕਪੂਰ ਜੋ ਆਪਣੀ ਬਾ ਕਮਾਲ ਅਦਾਕਾਰੀ ਦੇ ਲਈ ਜਾਣੇ ਜਾਂਦੇ ਨੇ ਤੇ ਆਪਣੇ ਲੁਕਸ ਦੇ ਲਈ ਵੀ ਅੱਜ ਕੱਲ੍ਹ ਹਰ ਪਾਸੇ ਛਾਏ ਹੋਏ ਨੇ। ਜਿੱਦਾਂ ਜਿੱਦਾਂ ਉਹਨਾਂ ਦੀ ਉਮਰ ਵੱਧਦੀ ਜਾ ਰਹੀ ਹੈ, ਉਦਾਂ ਉਦਾਂ ਉਹ ਜਵਾਨ ਹੁੰਦੇ ਦਿਖਾਈ ਦੇ ਰਹੇ ਨੇ। ਅਤੇ ਇਸੇ ਦੇ ਨਾਲ ਜੇਕਰ ਮੈਂ ਗੱਲ ਕਰਾਂ ਉਹਨਾਂ ਦੀ ਬੇਟੀ ਦੀ, ਤਾਂ ਬੇਟੀ ਵੀ ਦਿਖਦੀ ਹੈ ਬਾ ਕਮਾਲ ਅਤੇ ਖਾਸ। ਬਿਲਕੁਲ ਜੀ, ਸੋਨਮ ਕਪੂਰ ਜੋ ਕਿ ਆਪਣੀ ਖੂਬਸੂਰਤੀ ਅਤੇ ਸ਼ਾਂਤ ਸੁਭਾਅ ਦੇ ਲਈ ਜਾਣੀ ਜਾਂਦੀ ਹੈ ਨੇ ਇੱਕ ਸ਼ਾਨਦਾਰ ਚਿੱਟੇ ਫੁੱਲਾਂ ਵਾਲੇ ਕੱਪੜੇ ਵਿੱਚ ਫੈਸ਼ਨ ਪੁਲਿਸ ਨੂੰ ਹੈਰਾਨ ਕਰ ਦਿੱਤਾ। ਜੀ ਹਾਂ, ਗੁਬਾਰੇ ਵਾਲੀਆਂ ਸਲੀਵਸ ਦੇ ਨਾਲ ਖਾਸ ਡਰੈਸ ਯਾਨੀ ਕਿ ਫੁੱਲਾਂ ਵਾਲਾ ਪਹਿਰਾਵਾ ਉਸਦੀ ਕਬਰ ਦੇ ਨਜ਼ਦੀਕ ਇੱਕ ਬਲੈਕ ਬੈਲਟ ਦੀ ਮਦਦ ਦੇ ਨਾਲ ਟੱਕ ਕੀਤਾ ਗਿਆ ਸੀ, ਜੋ ਬੇਹੱਦ ਖੂਬਸੂਰਤ ਲੱਗ ਰਹੀ ਸੀ। ਅਤੇ ਆਪਣੀ ਲੁੱਕ ਨੂੰ ਨਜ਼ਰਅੰਦਾਜ਼ ਰੱਖਦੇ ਹੋਏ ਸੋਨਮ ਨੇ ਆਪਣੇ ਵਾਲਾਂ ਨੂੰ ਸਾਫ਼ ਸੁਥਰੀ ਬੰਨ ਦੇ ਵਿੱਚ ਘੱਟੋ ਘੱਟ ਮੇਕਅਪ ਅਤੇ ਉਪਕਰਨਾਂ ਦੇ ਨਾਲ ਬਣਿਆ ਹੋਇਆ ਸੀ। ਦੱਸ ਦਈਏ, ਕੋਵਿਡ-19 ਪ੍ਰੋਟੋਕੋਲ ਦੇ ਬਾਅਦ ਦੀਵਾ ਨੇ ਮੈਚਿੰਗ ਫੇਸ ਮਾਸਕ ਦੀ ਵਰਤੋਂ ਕਰਦਿਆਂ ਉਸਨੂੰ ਚਿਹਰੇ 'ਤੇ ਕਵਰ ਕੀਤਾ ਸੀ। ਦੱਸ ਦਈਏ ਕਿ ਸੋਨਮ ਕਪੂਰ ਇੰਨੀ ਖੂਬਸੂਰਤ ਬਣ ਕਲੀਨਿਕ ਦੇ ਬਾਹਰ ਹੋਈ ਹੈ ਸਪੌਟ। ਜੀ ਹਾਂ, ਜਿੱਥੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਾਫੀ ਖਾਸ ਸੋਨਮ ਕਪੂਰ ਆ ਰਹੀ ਹੈ ਨਜ਼ਰ, ਪਰ ਕਲੀਨਿਕ ਦੇ ਬਾਹਰ ਜਿਸ ਤੋਂ ਬਾਅਦ ਕੁਝ ਲਗਾਈਆਂ ਜਾ ਰਹੀਆਂ ਨੇ ਅਟਕਲਾਂ, ਤੇ ਅਟਕਲਾਂ ਨੂੰ ਪਰਾਂ ਰੱਖਦਿਆਂ ਜੇਕਰ ਸੋਨਮ ਕਪੂਰ ਦੀ ਗੱਲ ਕਰੀਏ ਤਾਂ ਸੋਨਮ ਕਪੂਰ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਲਗਾਤਾਰ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਨੇ, ਚਾਹੇ ਉਹ ਮੇਕਅਪ ਲੁੱਕਸ ਨੂੰ ਹੋ ਲੈ ਕੇ ਹੋਵੇ, ਚਾਹੇ ਕੁਝ ਮੇਕਅਪ ਟਿਪਸ ਨੂੰ ਲੈ ਕੇ। ਜੀ ਹਾਂ, ਸੋਨਮ ਕਪੂਰ ਆਪਣੇ ਫੈਨਸ ਦੇ ਨਾਲ ਇੰਟਰੈਕਸ਼ਨ ਕਰਨ ਦਾ ਮੌਕਾ ਨਹੀਂ ਛੱਡਦੀ। ਸੋ ਤੁਸੀਂ ਵੀ ਦੇਖੋ ਉਹਨਾਂ ਦੀ ਆਹ ਖਾਸ ਵੀਡੀਓ ਜਿਹੜੇ ਕਲੀਨਿਕ ਦੇ ਬਾਹਰ ਉਹ ਹੋਏ ਨੇ ਸਪੌਟ 'ਤੇ ਦਿਖ ਰਹੀ ਹੈ ਬਾ ਕਮਾਲ। ਇਸ ਅਨਾਜ ਦੀਆਂ ਐਂਟਰਟੇਨਮੈਂਟ ਦੀਆਂ ਕੁਝ ਖਾਸ ਖਬਰਾਂ ਔਰ ਅਪਡੇਟਸ ਦੇ ਲਈ ਤੁਸੀਂ ਜੁੜੇ ਰਹੋ ਯੂਬਿਕ ਟੀਵੀ ਦੇ ਨਾਲ, ਤੇ ਮੈਨੂੰ ਦੇ ਇਜਾਜ਼ਤ, ਸਤਿ ਸ਼੍ਰੀ ਅਕਾਲ।